ਅਸਲਾਮੁਆਲੇਕਮ ਦੋਸਤੋ ਆਪਣਾ ਪਾਕਿਸਤਾਨ YouTube ਚੈਨਲ ਵਿੱਚ ਖੁਸ਼ ਆਮਦੀਦ ਜੀ ਦੋਸਤਾਂ ਵੀਰਾਂ ਵਾਸਤੇ ਫੋਰਡ 4600 ਲੈ ਕੇ ਆਏ ਹਾਂ ਜੀ ਮਾਡਲ ਆ 1979 ਅੱਛੀ ਕੰਡੀਸ਼ਨ ਦਾ ਟਰੈਕਟਰ ਆ ਖੂਬਸੂਰਤ ਟਰੈਕਟਰ ਆ ਲੋਕੋਵਾਇਜ਼ ਅੱਛਾ ਟਰੈਕਟਰ ਆ ਤੇ ਅੱਜ ਇਹਦਾ ਤੁਹਾਨੂੰ ਸਾਰੀ ਮੈਂ ਡਿਟੇਲ ਦੇ ਦੇਣਾ ਡਿਟੇਲ ਤੋਂ ਸ਼ੁਰੂ ਤੋਂ ਪਹਿਲੇ ਤੁਹਾਨੂੰ ਮੈਂ ਦੱਸ ਦਵਾ ਕਿ ਕਿਸੇ ਦੋਸਤ ਨੂੰ ਅਗਰ ਇਹ ਟਰੈਕਟਰ ਪਸੰਦ ਆਂਦਾ ਹੈ ਤੇ ਉਹ ਟਰੈਕਟਰ ਖਰੀਦਣਾ ਚਾਹੁੰਦਾ ਤੇ ਇਹਦਾ ਮਾਲਕ ਦੇ ਇਸ ਟਰੈਕਟਰ ਦੇ ਮਾਲਕ ਦਾ ਰਾਪਤਾ ਨੰਬਰ ਜਿਹੜਾ ਵੀਡੀਓ ਦੀ ਡਿਸਕ੍ਰਿਪਸ਼ਨ ਚ ਮੈਂ ਲਿਖ ਦਾਂਗਾ ਉਥੋਂ ਵੇਖ ਕੇ ਤੁਸੀਂ ਇਸ ਟਰੈਕਟਰ ਦੇ ਮਾਲਕ ਨਾਲ ਰਾਪਤਾ ਕਰਕੇ ਮਜ਼ੀਦ ਡਿਟੇਲ ਵੀ ਲੈ ਸਕਦੇ ਹੋ ਪਰਚੇਜ਼ ਵੀ ਕਰ ਸਕਦੇ ਹੋ ਤੇ ਮੈਂ ਹੁਣ ਤੁਹਾਨੂੰ ਇਹਦੀ ਸਾਰੀ ਡਿਟੇਲ ਦੇ ਦਿੰਨਾ ਜੰਗਲਾ ਟਰੈਕਟਰ ਨੂੰ ਲੱਗਾ ਜੀ ਚੰਗਾ ਬੋਡੀ ਦਾ ਰੰਗ ਕਲਰ ਹੋਇਆ ਲੱਗਦਾ ਜੇਸੀ ਦਾ ਰੰਗ ਜੈਨੂਨ ਲੱਗ ਰਿਹਾ ਬਾਕੀ ਮਜ਼ੀਦ ਡਿਟੇਲ ਤੁਸੀਂ ਮਾਲਕ ਕੋਲ ਲੈ ਲਓ ਮਾਲਕ ਦਾ ਕਹਿਣਾ ਕਿ ਇੰਜਣ ਇਹਦਾ ਡੰਡੇ ਤਰ੍ਹਾਂ ਪੂਰਾ ਟਰੈਕਟਰ ਦਾ ਕੰਮ ਸ샴 ਸਾਰਾ ਹੋਇਆ ਹੈ ਟਾਇਰਾਂ ਦੀ ਕੰਡੀਸ਼ਨ 12 ਤੋਂ 13 ਆਨੇ ਆ ਅਗਲੇ ਵੀ ਤੇ ਪਿਛਲੇ ਵੀ ਤੇ ਚੰਗੇ ਟਰੈਕਟਰ ਆ ਤੇ ਦੋਸਤੋ ਵੀਰਾਂ ਨੂੰ ਇਸ ਟਰੈਕਟਰ ਦਾ ਜਿਹੜਾ ਮਾਲਕ ਕਿਹੜੇ ਜ਼ਿਲ੍ਹੇ 'ਚ ਖੜਾ ਉਹ ਵੀ ਦੱਸ ਦੇਣਾ ਮੈਂ ਬਾਕੀ ਇਹ ਰੀਮਾਂ ਦੀ ਕੰਡੀਸ਼ਨ ਵੀ ਵੇਖ ਲਓ ਚੰਗੀ ਕੰਡੀਸ਼ਨ ਹੈ ਜਰਾ ਟਰੈਕਟਰ ਪੂਰਾ ਲੁੱਕ ਵਿੱਚ ਹੈ ਜੀ ਚੰਗੀ ਖੂਬਸੂਰਤ ਟਰੈਕਟਰ ਲੱਗ ਰਿਹਾ ਫੋਰਡ 4600 ਤੇ ਮਰਗਾਡਾ ਸ਼ਰਗਾਡਾ ਦੀ ਵੀ ਕੰਡੀਸ਼ਨ ਅੱਛੀ ਆ ਪੂਰਾ ਟਰੈਕਟਰ ਦਾ ਕੰਮ-ਸ਼ਾਮ ਸਾਰਾ ਹੋਇਆ ਹੈ ਤੇ ਸਾਫ਼ ਸੁਥਰਾ ਟਰੈਕਟਰ ਲੱਗ ਰਿਹਾ ਤੇ ਡਿਮਾਂਡ ਇਹਦੀ ਜਿਹੜੀ ਮਾਲਕ ਕਰ ਰਿਹਾ ਉਹ 7.5 ਲੱਖ ਰੁਪਏ ਕਰ ਰਿਹਾ ਇਹ ਬੈਕ ਸਾਈਡ ਤੋਂ ਵੇਖ ਲਓ ਜੀ ਇਹ ਪਿੱਛੂ ਵੀ ਜੈਨੂਅਰੀ ਮਾਲਕ ਕਹਿ ਰਿਹਾ ਰੰਗ ਤੇ ਸਾਫ਼ ਸੁਥਰਾ ਗੀਅਰ ਸ਼ੇਰ ਬੇਆਵਾਜ਼ ਆ 7.5 ਲੱਖ 50 ਹਜ਼ਾਰ ਮੰਗ ਰਿਹਾ ਚਨੌਰ ਸਿਟੀ 'ਚ ਅਵੇਲੇਬਲ ਆ ਤੇ ਫੋਰਡ 4600 ਮਾਡਲ 1979 ਆ ਤੇ ਗੁਜ਼ਾਰਸ਼ ਆ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀ ਮਾਲੂਮਾਤੀ ਵੀਡੀਓ ਅਪਲੋਡ ਕਰਦਾ ਰਹਾਂਗਾ ਅਗਲੀ ਵੀਡੀਓ ਤੱਕ ਇਜਾਜ਼ਤ ਅੱਲਾ ਹਾਫਿਜ਼